ਇਹਨਾਂ ਤਸਵੀਰਾਂ ਨੇ ਲੋਕ ਪੱਥਰ ਮਾਰ ਰਹੇ ਨੇ ਥਾਰ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਦੋ ਨੌਜਵਾਨ ਇਸ ਥਾਰ ਗੱਡੀ 'ਚ ਸਵਾਰ ਸਨ ਇਹਨਾਂ ਥਾਰ ਸਵਾਰ ਨੌਜਵਾਨਾਂ ਨੂੰ ਲੋਕ ਥਾਰ ਇਸ ਤਰੀਕੇ ਦੇ ਨਾਲ ਭੁਜਾਈ ਗਈ ਕਿ ਕਈ ਗੱਡੀਆਂ ਨੁਕਸਾਨੀਆਂ ਗੀਆਂ ਨੇ ਕਈ ਗੱਡੀਆਂ ਨੂੰ ਨੁਕਸਾਨ ਦਿੱਤਾ ਗਿਆ ਕਈ ਗੱਡੀਆਂ ਦੇ ਵਿੱਚ ਟੱਕਰ ਮਾਰ ਕੇ ਸਿੱਧੇ ਤੌਰ ਤੇ ਥਾਰ ਗੱਡੀ ਦੇ ਵੱਲੋਂ ਗੱਡੀਆਂ ਭੰਦਤੀਆਂ ਗਈਆਂ ਨੇ ਬਾਜ਼ਾਰ ਦੇ ਅੰਦਰ ਤੇਜ਼ ਰਫ਼ਤਾਰ ਥਾਰ ਨੇ ਅਜਿਹਾ ਕਹਿਰ ਮਚਾਇਆ ਕਿ ਲੋਕ ਦੇਖਦੇ ਰਹੇਗੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਫਿਲਹਾਲ ਇਸ ਗੱਡੀ ਦੇ ਜੋ ਕਹਿ ਸਕਦੇ ਹੋ ਤਸਵੀਰਾਂ ਵੀਡੀਓ ਬਣਾ ਲਈਆਂ ਗਈਆਂ ਨੇ ਵੀਡੀਓ ਦੇ ਵਿੱਚ ਤੁਸੀਂ ਸਭ ਦੇਖ ਸਕਦੇ ਹੋ ਕਿੰਦਾ ਤੇਜ਼ ਰਫ਼ਤਾਰ ਥਾਰ ਗੱਡੀ ਦਾ ਜੋ ਕਹਿਰ ਮਚਾਇਆ ਗਿਆ ਲੋਕਾਂ ਵੱਲੋਂ ਉਸ ਨੌਜਵਾਨਾਂ ਨੂੰ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਗੱਡੀ ਚੋਂ ਲਾ ਕੇ ਇਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਦੱਸੀ ਜਾ ਰਹੀ ਹੈ ਚੰਡੀਗੜ੍ਹ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨੇ ਜੋ ਪਟਾਣ ਦੇ 22 ਨੰਬਰ ਫਾਟਕ ਦੇ ਨਜ਼ਦੀਕ ਇਹਨਾਂ ਵੱਲੋਂ ਵੱਡਾ ਕਾਂਡ ਕਰ ਦਿੱਤਾ ਗਿਆ ਥਾਰ ਸਰ ਨੌਜਵਾਨਾਂ ਵੱਲੋਂ ਗੱਡੀਆਂ ਦਾ ਭੰਨ ਤੋੜ ਕੀਤੀ ਗਿਆ ਖੜੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ ਖੜੀਆਂ ਗੱਡੀਆਂ ਲੱਖਾਂ ਰੁਪਈਆ ਦੀਆਂ ਗੱਡੀਆਂ ਨੂੰ ਕੰਡਮ ਕਰ ਦਿੱਤਾ ਗਿਆ ਤਸਵੀਰਾਂ ਸਭ ਬਿਆਨ ਕਰਦਿਆਂ ਨੇ ਮੌਕੇ ਦੇ ਹਾਲਾਤ ਕੀ ਨੇ ਸਕਦੇ ਸਾਈਡ ਦੇ ਉੱਤੇ ਲੱਗਾ ਕਾਉਂਟਰ ਟੈਟੇਰੀ ਕਰ ਦਿੱਤਾ ਗਿਆ ਇੱਕ ਸ਼ੋਰੂਮ ਦੇ ਸ਼ੀਸ਼ੇ ਦੇ ਵਿੱਚ ਗੱਡੀ ਮਾਰੀ ਗਈ ਆ ਤੇ ਸ਼ੀਸ਼ਾ ਭੰਨ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਸਭ ਬਿਆਨ ਕਰ ਗਿਆ ਨੇ ਤੇਜ਼ ਰਫ਼ਤਾਰ ਥਾਰ ਸੀ ਜਿਸ ਦਾ ਕਹਿਰ ਲੋਕਾਂ ਦੇ ਵਿਚਕਾਰ ਭਰ ਆ ਗਿਆ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੋਂ ਤਸਵੀਰਾਂ ਵੱਡੀਆਂ ਦਿਖਾ ਰਹੇ ਕਿਸ ਤਰੀਕੇ ਪਟਿਆਲਾ ਦੇ ਵਿੱਚ ਤੇਜ਼ ਰਫ਼ਤਾਰ ਥਾਰ ਦਾ ਕਹਿਰ ਵੇਖਣ ਨੂੰ ਮਿਲਿਆ ਤੇਜ ਰਫਤਾਰ ਥਾਰ ਨੇਕ ਜੋ ਕਹਿਰ ਵਰਾਇਆ ਉਸ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਅਸਲਤੋਂ ਅੱਡੀ ਸਕਰੀਨ ਤੇ ਫਿਲਹਾਲ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਦਾਂ ਥਾਰ ਗੱਡੀ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੀ ਹੋਈ ਖੜੀ ਗੱਡੀ ਨੂੰ ਟੱਕਰ ਮਾਰਦੀ ਹੈ ਕੰਡਮ ਕਰ ਦਿੰਦੀ ਹੈ ਕਈ ਗੱਡੀਆਂ ਨੂੰ ਜਿਸ ਤੋਂ ਬਾਅਦ ਗੱਡੀ ਫਿਰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਵੱਲੋਂ ਇਸ ਗੱਡੀ ਦੇ ਉੱਤੇ ਪੱਥਰਾ ਕੀਤਾ ਗਿਆ ਲੋਕਾਂ ਨੇ ਗੱਡੀ ਦੇ ਉੱਤੇ ਰੱਜ ਕੇ ਪੱਥਰ ਚਲਾਏ ਨੇ ਜ਼ਬਰਦਸਤ ਹੰਗਾਮਾ ਹੋਇਆ ਇਹਨਾਂ ਦੋਵਾਂ ਨੌਜਵਾਨਾਂ ਨੂੰ ਫਿਲਹਾਲ ਕਾਬੂ ਕਰ ਲਿਆ ਗਿਆ ਲੋਕਾਂ ਦੇ ਵੱਲੋਂ ਦੋਨਾਂ ਦੀ ਛੱਤਰ ਪ੍ਰੇੜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਇਹਨਾਂ ਨੂੰ ਦੋਵਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਕਈ ਗੱਡੀਆਂ ਭੰਦਤੀਆਂ ਕਈ ਸ਼ੋਰੂਮ ਨੁਕਸਾਨੇ ਗਏ ਨੇ ਤੇਜ਼ ਰਫ਼ਤਾਰ ਕਹਿਰ ਨੇ ਪਟਿਆਲਾ ਦੇ ਵਿੱਚ ਅਜਿਹਾ ਕਹਿਰ ਬਰ ਆਇਆ ਕਿ ਲੋਕ ਦੰਗ ਨਾਲ ਕਹਿ ਸਕਦੇ ਹੋ ਹੈਰਾਨੀ ਦੇ ਨਾਲ ਦੇਖਦੇ ਰਹੇਗੇ ਨੇ ਲੋਕਾਂ ਨੂੰ ਸਮਝ ਨਹੀਂ ਆ ਪਾਰੀ ਸੀ ਕਿ ਆਖਰ ਇਹ ਪੂਰਾ ਪਾਣਾ ਵਾਪਰ ਕੀ ਰਿਹਾ ਹੈ ਜਿਸ ਤਰੀਕੇ ਦੇ ਨਾਲ ਥਾਰ ਸਵਾਰ ਕਹਿਰ ਮਚਾ ਰਹੇ ਸਨ ਲੋਕਾਂ ਵੱਲੋਂ ਚੁੱਕ ਚੁੱਕ ਕੇ ਸੜਕ ਤੋਂ ਪੱਥਰ ਇਸ ਥਾਰ ਦੇ ਉੱਤੇ ਮਾਰੇ ਗਏ ਥਾਰ ਦੇ ਕਹਿ ਸਕਦੇ ਹੋ ਗੱਡੀ ਦੇ ਉੱਤੇ ਪੱਥਰ ਬਾਜ਼ੀ ਕੀਤੀ ਗਈ ਹੈ ਇਹਨਾਂ ਲੋਕਾਂ ਨੂੰ ਕਾਬੂ ਕਰਨ ਦੇ ਲਈ ਥਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਦੇ ਲਈ ਫਿਲਹਾਲ ਕਈ ਮੁਸ਼ਕਲ ਕਹਿ ਸਕਦੇ ਹੋ ਲੋਕਾਂ ਦੇ ਵੱਲੋਂ ਕੀਤੀ ਗਈ ਪਰ ਇਸ ਥਾਰ ਸਵਾਰ ਲੋਕਾਂ ਨੇ ਜੇ ਗੱਡੀਆਂ ਨੂੰ ਦੁਕਾਨਾਂ ਨੂੰ ਇਸੇ ਤਰੀਕੇ ਦੇ ਨਾਲ ਟੱਕਰ ਮਾਰਨੀ ਜਾਰੀ ਰੱਖੀ ਤਾਂ ਆਖਰਕਾਰ ਗੁੱਸੇ ਚਾਹੇ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਰੱਜ ਕੇ ਇਹਨਾਂ ਦੀ 76 ਪਰੇਡ ਕੀਤੀ ਗਈ ਦੱਸੀ ਜਾ ਰਹੀ ਹੈ ਫਿਲਹਾਲ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਦੋਵੇਂ ਥਾਰਸਾਰ ਨਵਾਜੂ ਨੌਜਵਾਨ ਜੋ ਸਨ ਉਹ ਫਿਲਹਾਲ ਨਸ਼ੇ ਦੀ ਹਾਲਤ ਵਿੱਚ ਸਨ ਇਹ ਦੋਸ਼ ਸਾਨਕ ਲੋਕਾਂ ਨੇ ਲਾਇਆ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਦੱਸੀ ਜਾ ਰਹੀ ਹੈ ਫਿਲਹਾਲ ਲੋਕ ਪੱਥਰ ਵਰਾ ਰਹੇ ਨੇ ਮੌਕੇ ਦੀ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਹੈ ਕਿੰਦਾਂ ਦੇ ਹਾਲਾਤ ਨੇ ਫਿਲਹਾਲ ਸਾਬ ਬਿਆਨ ਕਰਦੀ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਲਗਾਤਾਰ ਦਿਖਾ ਰਹੇ ਹਾਂ ਤੁਸੀਂ ਇਹਨਾਂ ਤਸਵੀਰਾਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰਕੇ ਦੇ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਪੜ ਕੇ ਇਸ ਖਬਰ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਇਸ ਵਿੱਚਕਾਰ ਸਿਮਰਤ ਸਿੰਘ ਸੋਢੀ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਸਕਦੇ ਹੋ ਪਰ ਫਿਲਹਾਲ ਇਹ ਤਸਵੀਰਾਂ ਜੋ ਥਾਰ ਗੱਡੀ ਦਾ ਕਹਿਰ ਪਟਿਆਲਾ ਦੇ ਵਿੱਚ ਭਰਾ Rajasthan ਗੱਡੀ ਨੇ ਉਹ ਤਸਵੀਰ ਸਾਫ਼ ਨਜ਼ਰ ਆ ਰਹੀ ਹੈ ਕਿਦਾਂ ਇੱਕ ਵਕਤ ਗੱਡੀ ਦੇ ਵਿੱਚ ਸਵਾਰ ਦੋ ਨੌਜਵਾਨ ਉਸਾਰੇ ਗੱਡੀ ਨੂੰ ਟੱਕਰ ਮਾਰਦੇ ਗਏ ਜੋ ਉਹਨਾਂ ਦੇ ਅੱਗੇ ਆਈ ਇਹਨਾਂ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਥਾਰ ਸਵਾਰ ਨੌਜਵਾਨਾਂ ਵੱਲੋਂ ਇੱਕ ਦੁਕਾਨ ਦਾ ਸ਼ੀਸ਼ਾ ਭੰਨ ਦਿੱਤਾ ਗਿਆ ਦੁਕਾਨਾਂ ਨੂੰ ਕਈ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਗਿਆ ਲੋਕਾਂ ਨੇ ਨਾ ਥਾਰ ਦੇ ਉੱਤੇ ਪੱਥਰ ਬਾਜੀ ਕਰਨੀ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਥਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਥਾਰਸਰ ਨੌਜਵਾਨ ਲਗਾਤਾਰ ਥਾਰ ਨੂੰ ਇੱਧਰ ਉੱਧਰ ਭਜਾਈ ਜਾ ਰਹੇ ਸਨ ਤੇ ਫਿਲਹਾਲ ਕਈ ਥਾਵਾਂ ਤੇ ਟੱਕਰ ਇਸ ਥਾਰ ਦੇ ਵੱਲ ਮਾਰ ਦਿੱਤੀ ਗਈ ਹੈ ਜੋ ਤਸਵੀਰਾਂ ਦੇ ਨਾਲ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ ਇਹ ਅਹਿਮ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਉੱਤੇ ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰਕੇ ਜਰੂਰ ਦਿੰਦ ਰਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪੜ ਕੇ ਸੁਣਾਈਏ ਪਰ ਫਿਲਹਾਲ ਇਸ ਵਿਚਕਾਰ ਬੁੱਟਾ ਸਿੰਘ ਸੇਖੋਲਕ ਨੇ ਕਿ ਹਾਰਟ ਆਫ ਸਟੂਪਿਡਿਟੀ ਸੁਖਜੀਤ ਖਿਆਲ ਲੱਗਦੇ ਨੇ ਕਿ ਅਕੀ ਚੱਕਰ ਪੈ ਗਿਆ ਤਾਂ ਦੱਸ ਦਈਏ ਕਿ ਪਟਿਆਲਾ ਵਿੱਚ ਤੇਜ਼ ਰਫ਼ਤਾਰ ਕੈਰ ਥਾਰ ਨੇ ਕਹਿਰ ਮਚਾਇਆ ਦੋ ਨੌਜਵਾਨ ਥਾਰ ਦੇ ਵਿੱਚ ਸਵਾਰ ਸਨ ਉਹਨਾਂ ਦੇ ਅੱਗੇ ਜਿਹੜੀ ਵੀ ਗੱਡੀ ਆਈ ਉਹਨਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਲੱਖਾਂ ਰੁਪਈਆ ਦੀਆਂ ਲੋਕਾਂ ਦੀਆਂ ਗੱਡੀਆਂ ਕਬਾੜ ਬਣਾ ਕੇ ਛੱਡ ਦਿੱਤੀਆਂ ਨੇ ਫਿਲਹਾਲ ਇਨ੍ਹਾਂ ਦੀ ਕਈ ਦੁਕਾਨਾਂ ਦੇ ਵਿੱਚ ਵੀ ਇਸ ਗੱਡੀ ਨੇ ਭਾਰੀ ਨੁਕਸਾਨ ਪਹੁੰਚਾਇਆ ਇੱਕ ਦੁਕਾਨ ਦਾ ਸ਼ੀਸ਼ਾ ਭੰਨ ਦਿੱਤਾ ਗਿਆ ਦੱਸਿਆ ਜਾ ਰਿਹਾ ਫਿਲਹਾਲ ਕੁਝ ਹੋਰ ਦੁਕਾਨਾਂ ਵੀ ਨੁਕਸਾਨੀਆਂ ਗਈਆਂ ਨੇ ਸਥਾਨਕ ਲੋਕਾਂ ਦੇ ਵੱਲੋਂ ਇਸ ਥਾਰ ਗੱਡੀ ਦੇ ਉੱਤੇ ਪੱਥਰ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਪੱਥਰ ਮਾਰੇ ਗਏ ਇਨ੍ਹਾਂ ਦੇ ਇਸ ਗੱਡੀ ਦੇ ਨੇੜੇ ਆਏ ਲੋਕਾਂ ਦੇ ਵੱਲੋਂ ਜੇ ਇਸ ਥਾਰ ਗੱਡੀ ਨੇ ਇਸ ਕਾਊਂਟਰ ਨੂੰ ਲੋਕਾਂ ਨੇ ਇਸ ਤੇ ਬੈਕ ਹੁੰਦੀ ਥਾਰ ਦੇ ਨਜ਼ਦੀਕ ਹੋ ਕੇ ਉਸ ਡਰਾਈਵਰ ਨੂੰ ਕਾਬੂ ਕਰ ਲਿਆ ਜਿਵੇਂ ਡਰਾਈਵਰ ਕਾਬੂ ਕੀਤਾ ਗਿਆ ਦੋਵੇਂ ਨੌਜਵਾਨ ਲਾਲੇ ਗਏ ਤੇ ਥਾਰ ਵਾੜੇ ਗਏ ਪਿੱਛੇ ਬੈਕ ਗੇਅਰ ਪਾ ਕੇ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਇਹਨਾਂ ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਤੇ ਉਹਨਾਂ ਨੂੰ ਦੀ ਕੁੱਟਮਾਰ ਕੀਤੀ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ ਸਥਾਨਕ ਲੋਕਾਂ ਦਾ ਦੋਸ਼ ਹੈ ਲੋਕਾਂ ਦਾ ਕਹਿਣਾ ਸਥਾਨਕ ਪਟਿਆਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਥਾਰ ਸਵਾਰ ਨਸ਼ੇ ਦੇ ਵਿੱਚ ਸਨ ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੇ ਵਿੱਚ ਸਵਾਰ ਨਸ਼ੇ ਦੇ ਕਹਿ ਸਕਦੇ ਟੋਨਸਾਨ ਪਰ ਫਿਲਹਾਲ ਇਸ ਦੀ ਕੋਈ ਜਾਣਕਾਰੀ ਪੁਸ਼ਟੀ ਨਹੀਂ ਹੋ ਪਾਈ ਹੈ ਪੁਲਿਸ ਵੱਲੋਂ ਹੁਣ ਸਾਰੀਆਂ ਗੱਡੀਆਂ ਜ਼ਬਤ ਕਰ ਲਿਆ ਗਈਆਂ ਨੇ ਜੋ ਗੱਡੀਆਂ ਨੁਕਸਾਨੀਆਂ ਗਈਆਂ ਨੇ ਉਹ ਵੀ ਥਾਣੇ ਲਿਆਂਦੀਆਂ ਗਈਆਂ ਨੇ ਤੇ ਥਾਰ ਗੱਡੀ ਨੂੰ ਵੀ ਥਾਣੇ ਲਿਆਂਦਾ ਗਿਆ ਫਿਲਹਾਲ ਇਹਨਾਂ ਨੌਜਵਾਨ ਨੂੰ ਹਿਰਾਸਤ ਚ ਲੈ ਕੇ ਉਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਫਿਲਹਾਲ ਇੱਕ ਤਸਵੀਰਾਂ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਸਦੀਆਂ ਤਸਵੀਰਾਂ ਪਟਿਆਲਾ ਤੋਂ ਦਿਖਾ ਰਹੇ ਹੇ ਸਵਚਾਰ ਤੁਹਾਡੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਨੇ ਜਿਸ ਤਰੀਕੇ बशीर खान दी ਪ੍ਰਤੀਕਿਰਿਆ ਮਿਲ ਰਹੀ ਹੈ ਸੁਰਿੰਦਰ ਪਾਸੰਗ ਦੇ ਵੈਰੀ ਬੈਡ ਮੋਜੂ ਮੋਜੂ ਲਿਖਦੇ ਨੇ ਕਿ ਨਵਾਂ ਡਰਾਈਵਰ ਪਲੇ ਖਾ ਖਾ ਗਿਆ ਬ੍ਰੇਕ ਲਾਣੀ ਸੀ ਦੇਤੀ ਰੇਸ ਓਂਕਾਰ ਸਿੰਘ ਦੇ ਪਾਗਲ ਰੁਸ਼ਪਿੰਦਰ ਸਿੰਘ ਲਿਖਦੇ ਨੇ ਕਿ ਨਸ਼ੇੜੀ ਹੋਣਗੇ ਪਰ ਫਿਲਹਾਲ ਇਹਨਾਂ ਤਸਵੀਰਾਂ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰਕੇ ਦਿੰਦੇ ਰਹੋ ਅਸੀਂ ਤੁਹਾਨੂੰ ਇਸ ਖਬਰ ਤੇ ਹੋਰ ਜਾਣਕਾਰੀ ਦਿੰਨੇ ਆ ਪਰ ਇੱਕ ਵਾਰ ਮੌਕੇ ਦੀ ਪੂਰੀ ਵੀਡੀਓ ਦਿਖਾਉਨੇ ਆ ਕਿ ਆਖਰ ਮੌਕੇ ਤੇ ਹੋ ਕੀ ਰਿਹਾ ਤੁਸੀਂ ਵੇਖ ਸਕਦੇ ਹੋ ਥਾਰ ਭਜਾਈ ਜਾ ਰਹੀ ਹੈ ਗੱਡੀ ਨੂੰ ਟੱਕਰ ਮਾਰੀ ਗਈ ਥਾਰ ਨੂੰ ਇਸੇ ਦੌਰਾਨ ਪੁਲਤੋ ਘਮਾ ਲਿਆ ਗਿਆ ਅਗਲੇ ਪਾਸੇ ਫਿਰ ਥਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਭਜਾਈ ਗਈ ਇਸ ਥਾਰ ਸੜਕ ਦੇ ਕੰਡੇ ਲੱਗੇ ਕਾਉਂਟਰ ਦੇ ਵਿੱਚ ਜਾ ਵਜੀ ਕਾਉਂਟਰ ਖਵਾਰ ਦਿੱਤਾ ਹੈ ਪੂਰਾ ਇਸੇ ਦੌਰਾਨ ਲੋਕ ਨੇੜੇ ਹੋ ਕੇ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਥਾਰ ਬੈਕ ਬੋਲ ਲਈ ਜਾਂਦੀ ਹੈ ਵੈਗਰ ਪਾ ਦਿੱਤਾ ਜਾਂਦਾ ਥਾਰ ਦਾ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਇਸੇ ਦੌਰਾਨ ਦੱਸਿਆ ਜਾਂਦਾ ਕਿ ਲੋਕਾਂ ਨੇ ਆਖਰਕਾਰ ਇਹ ਥਾਰ ਸਵਾਰ ਨੌਜਵਾਨ ਕਾਬੂ ਕੀਤੇ ਤੇ ਕਾਬੂ ਕਰਕੇ ਉਹਨਾਂ ਦੀ ਛੱਤਰ ਪ੍ਰੇਟ ਕਰ ਦਿੱਤੀ ਗਈ ਦੱਸੀ ਜਾ ਰਹੀ ਹੈ ਫਿਲਹਾਲ ਇਸੇ ਵਿਚਕਾਰ ਤੁਹਾਡੀਆਂ ਪ੍ਰਤੀਕਿਰਨਾਂ ਮਿਲ ਰਹੀਆਂ ਨੇ अनऑफिशियल गुरमीत सिंह ਕੇ ਲਿਖਦੇ ਨੇ ਰਿਟਾਇਰਡ ਡੀਓ ਨੇ ਲਿਖਦੇ ਨੇ ਕਿ ਸ਼ੇਮ 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 ਮਹਿੰਦਰ ਟਿਮਾਣਾ ਨੇ ਕੋਈ ਗੱਲ ਨਹੀਂ ਪਿਆਰ ਨਾਲ ਬੈਠ ਕੇ ਨਵੇੜ ਲੋ ਤੇ تنویر ਸਿੰਘ ਦੀ ਪ੍ਰਤੀਕਿਰਿਆ ਮੈਂ ਕਹਿੰਦੇ ਨਸ਼ੇੜੀ ਲੱਗਦੇ ਨੇ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਇੱਕ ਵਾਰ ਪੂਰਾ ਵੀਡੀਓ ਤੁਹਾਨੂੰ ਦਿਖਾਉਣਾ ਜੋ ਪਟਿਆਲਾ ਤੋਂ ਸਾਹਮਣੇ ਆ ਰਿਹਾ